ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਕੌਰ ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ 30 ਜਨਵਰੀ ਨੂੰ ਆਕਾਸ਼ ਵਾਣੀ ਟੋਪਰ ਸਾਰਿਤ ਹੋਣ ਵਾਲੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਇਸ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ 11 ਵਜੇ ਦੇਸ਼ ਵਾਸੀਆਂ ਨਾਲ ਵਿਚਾਰ ਸਾਂਝੇ ਕਰਨਗੇ ਕੇਂਦਰੀ ਬਜਟ 2022-23 ਇਸ ਸਾਲ ਪੇਪਰਲੈਸ ਰੂਪ ਵਿੱਚ ਪੇਸ਼ ਹੋਵੇਗਾ ਦੇਸ਼ ਵਿਆਪੀ ਕੋਵਿਡ ਰੋਕੂ ਟੀਕਾਕਰਨ ਮਹਿੰਮ ਤਹਿਤ 164 ਕਰੋੜ 44 ਲੱਖ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਨੇ। ਤੇ ਮੌਸਮ ਸਾਫ਼ ਹੋਣ ਨਾਲ ਲੋਕਾਂ ਨੂੰ ਮਿਲੀ ਠੰਡ ਤੋਂ ਰਾਹਤ। ਤੇ ਹੁਣ ਖਬਰਾਂ ਵਿਸਥਾਰ ਨਾਲ। 30 ਜਨਵਰੀ ਨੂੰ ਆਕਾਸ਼ਵਾਣੀ ਤੋਂ ਪ੍ਰਸਾਰਿਤ ਹੋਣ ਵਾਲਾ ਮਨ ਕੀ ਬਾਤ ਪ੍ਰੋਗਰਾਮ ਸਵੇਰੇ 11:30 ਵਜੇ ਸ਼ੁਰੂ ਹੋਵੇਗਾ। ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਰਾਹੀਂ ਦੱਸਿਆ ਕਿ ਇਹ ਪ੍ਰੋਗਰਾਮ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਵਰਸੀ ਦੇ ਮੌਕੇ ਤੇ ਉਹਨਾਂ ਨੂੰ ਯਾਦ ਕਰਨ ਮਗਰੋਂ ਪ੍ਰਸਾਰਿਤ ਕੀਤਾ ਜਾਵੇਗਾ। ਇਸ ਮਹੀਨਾਵਾਰੀ ਰੇਡੀਓ ਪ੍ਰੋਗਰਾਮ ਦੀ 85ਵੀਂ ਤੇ ਇਸ ਸਾਲ ਦੀ ਪਹਿਲੀ ਕੜੀ ਹੋਵੇਗੀ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਜੀਵਨ ਦੀਆਂ ਪ੍ਰੇਰਕ ਘਟਨਾਵਾਂ ਤੇ ਵਿਸ਼ਿਆਂ ਨੂੰ ਮਾਈਗੋ ਓਪਨ ਫੋਰਮ ਜਾਂ ਨਮੋ ਐਪ ਤੇ ਸਾਂਝਾ ਕਰਨ। ਉਹ ਟੋਲ ਫਰੀ ਨੰਬਰ ਇਕ ਕਾਟ 0000 117800 ਤੇ ਡਾਇਲ ਕਰਕੇ ਵੀ ਹਿੰਦੀ ਜਾਂ ਅੰਗਰੇਜ਼ੀ ਵਿੱਚ ਆਪਣੇ ਸੁਨੇਹੇ ਰਿਕਾਰਡ ਕਰਵਾ ਸਕਦੇ ਨੇ ਲਾਈਨਾਂ 28 ਜਨਵਰੀ ਤੱਕ ਖੁੱਲੀਆਂ ਰਹਿਣਗੀਆਂ ਇਸ ਤੋਂ ਇਲਾਵਾ 1922 ਤੇ ਮਿਸਡ ਕਾਲ ਦੇ ਕੇ ਵੀ ਸਿੱਧੇ ਸੁਝਾਅ ਦਿੱਤੇ ਜਾ ਸਕਦੇ ਨੇ ਰਿਕਾਰਡ ਕੀਤੇ ਗਏ ਕੁਝ ਸੁਨੇਹੇ ਪ੍ਰੋਗਰਾਮ ਵਿੱਚ ਸ਼ਾਮਿਲ ਕੀਤੇ ਜਾ ਸਕਦੇ ਨੇ ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ ਨਿਰਮਲਾ ਸੀ타 ਰਮਨ 1 ਫਰਵਰੀ ਨੂੰ ਇਸ ਸਾਲ ਕੇਂਦਰੀ ਬਜਟ 2022-23 ਪੇਪਰਲੈਸ ਰੂਪ ਵਿੱਚ ਪੇਸ਼ ਕਰਨਗੇ ਬਜਟ ਤਿਆਰੀਆਂ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਇਹ ਬਜਟ ਮੋਬਾਈਲ ਐਪ ਤੇ ਵੀ ਉਪਲਬਧ ਹੋਵੇਗਾ ਸੰਸਦ ਮੈਂਬਰਾਂ ਤੇ ਆਮ ਲੋਕਾਂ ਲਈ ਬਜਟ ਦਸਤਾਵੇਜ਼ਾਂ ਤੱਕ ਆਸਾਨ ਪਹੁੰਚ ਲਈ ਇੱਕ ਕੇਂਦਰੀ ਬਜਟ ਮੋਬਾਈਲ ਐਪ ਵੀ ਲਾਂਚ ਕੀਤੀ ਗਈ ਸੀ ਇਸ ਮੋਬਾਈਲ ਐਪ ਰਾਹੀਂ ਕੇਂਦਰੀ ਬਜਟ ਦੇ 14 ਦਸਤਾਵੇਜ਼ਾਂ ਨੂੰ ਪੜ੍ਹਿਆ ਜਾ ਸਕਦਾ ਹੈ ਇਹਨਾਂ ਦਸਤਾਵੇਜ਼ਾਂ ਵਿੱਚ ਬਜਟ ਪਾਸ਼ਨ ਸਾਲਾਨਾ ਵਿੱਤੀ ਸਟੇਟਮੈਂਟ ਸ਼ਾਮਲ ਹੈ ਜਿਸ ਨੂੰ ਆਮ ਤੌਰ ਤੇ ਬਜਟ ਗ੍ਰਾਂਟ ਮੰਗ ਤੇ ਵਿੱਤੀ ਬਿੱਲ ਦੇ ਤੌਰ ਤੇ ਜਾਣਿਆ ਜਾਂਦਾ ਹੈ ਮੋਬਾਈਲ ਐਪ ਸਾਰੇ ਐਂਡਰੋਇਡ ਤੇ ਆਈਓਐਸ ਪਲੇਟਫਾਰਮਾਂ 'ਤੇ ਉਪਲਬਧ ਹੈ ਕੇਂਦਰ ਸਰਕਾਰ ਨੇ ਸੰਸਦ ਦੇ ਬਜਟ اجلاس ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 31 ਜਨਵਰੀ ਨੂੰ ਆਲ ਪਾਰਟੀ ਮੀਟਿੰਗ ਸੱਦੀਏ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਰਾਜ ਸਭਾ ਤੇ ਲੋਕ ਸਭਾ ਵਿੱਚ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਸਦਨਾਂ ਦੀ ਮੀਟਿੰਗ ਬੁਲਾਉਣ ਲਈ ਕਿਹਾ ਹੈ ਕੋਵਿਡ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਇਹ ਮੀਟਿੰਗ ਵਰਚੁਅਲ ਟਾਂਗ ਨਾਲ ਹੋਵੇਗੀ। ਸੰਸਦ ਦਾ ਬਜਟ اجلاس 31 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ। اجلاس ਮੇਰੇ 11 ਵਜੇ ਸੰਸਦ ਦੇ ਦੋਮਾ ਸਦਨਾ ਦੀ ਸਾਂਝੀ ਮੀਟਿੰਗ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸੰਬੋਧਨ ਨਾਲ ਸ਼ੁਰੂ ਹੋਵੇਗਾ। ਅਗਲੇ ਦਿਨ 1 ਫਰਵਰੀ ਨੂੰ ਬਜਟ ਪੇਸ਼ ਕੀਤਾ ਜਾਵੇਗਾ। ਬਜਟ اجلاس ਦਾ ਪਹਿਲਾ ਹਿੱਸਾ 11 ਫਰਵਰੀ ਤੱਕ ਚੱਲੇਗਾ। 1 ਮਹੀਨੇ ਦੀ ਛੁੱਟੀ ਤੋਂ ਬਾਅਦ ਦੂਜਾ ਹਿੱਸਾ 14 ਮਾਰਚ ਤੋਂ ਸ਼ੁਰੂ ਹੋਵੇਗਾ ਤੇ 8 ਅਪ੍ਰੈਲ ਨੂੰ ਸਮਾਪਤ ਹੋਵੇਗਾ। ਬਜਟ اجلاس ਦੌਰਾਨ ਕੋਵਿਡ ਤੋਂ ਬਚਾ ਲਈ ਸੰਸਦ ਦੇ ਦੋਵੇਂ ਸਦਨਾ ਵਿੱਚ احتਿਆਤਨ ਦੂਰੀ ਦੇ ਨਿਯਮ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ ਨਵੇਂ ਨਿਯਮ 2 ਫਰਵਰੀ ਤੋਂ ਲਾਗੂ ਹੋਣਗੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦੇ ਕੱਲ ਦੂਜੇ ਦਿਨ 91 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ ਇਸ ਤਰ੍ਹਾਂ ਹੁਣ ਤੱਕ કુલ 103 ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਚੁੱਕੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ 8 ਜਲੰਧਰ ਜ਼ਿਲ੍ਹੇ ਵਿੱਚ 6 ਪਟਿਆਲਾ ਜ਼ਿਲ੍ਹੇ ਵਿੱਚ 5 ਗੁਰਦਾਸਪੁਰ ਵਿੱਚ 4 ਤਰਨਤਾਰਨ ਵਿੱਚ 3 ਮੋਗਾ ਜ਼ਿਲ੍ਹੇ ਵਿੱਚ 2 ਫਤਿਹਗੜ ਸਾਹਿਬ ਤੇ ਐਸਬੀਐਸ ਨਗਰ ਜ਼ਿਲ੍ਹੇ ਵਿੱਚ ਇੱਕ-ਇੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨਾਮਜ਼ਦਗੀ ਪੱਤਰ 1 ਫਰਵਰੀ ਤੱਕ ਦਾਖਲ ਕੀਤੇ ਜਾ ਸਕਦੇ ਨੇ 2 ਫਰਵਰੀ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਤੇ 4 ਫਰਵਰੀ ਤੱਕ ਨਾਮਜ਼ਦਗੀ ਪੱਤਰ ਵਾਪਸ ਲੈ ਜਾ ਸਕਣਗੇ ਸੂਬੇ ਵਿੱਚ ਸਾਰੇ 117 ਅਸੈਂਬਲੀ ਹਲਕਿਆਂ ਲਈ ਇੱਕੋ ਗੇੜ ਵਿੱਚ ਪੋਲਿੰਗ 20 ਫਰਵਰੀ ਨੂੰ ਹੋਵੇਗੀ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਕੱਲ 27 ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕੀਤੀ ਉਹ ਆ ਰਾਖਵਾ ਹਲਕੇ ਤੋਂ ਸੀਮਾ ਕੁਮਾਰੀ ਗੁਰਦਾਸਪੁਰ ਤੋਂ ਪਰਮਿੰਦਰ ਸਿੰਘ ਗਿੱਲ ਬਟਾਲਾ ਤੋਂ ਫਤੇ ਸਿੰਘ ਬਾਜਵਾ ਡੇਰਾ ਬਾਬਾ ਨਾਨਕ ਤੋਂ ਕੁਲਦੀਪ ਸਿੰਘ ਕਾਲੋਂ ਮਜੀਠਾ ਤੋਂ ਪ੍ਰਦੀਪ ਸਿੰਘ ਪੁੱਲਰ ਅੰਮ੍ਰਿਤਸਰ ਪਛਮੀ ਰਾਖਵੇਂ ਹਲਕੇ ਤੋਂ ਕੁਮਾਰ ਅਮਿਤ ਵਾਲਮੀਕ ਤੇ اٹਾਰੀ ਰਾਖਵੇਂ ਹਲਕੇ ਤੋਂ ਬਲਵਿੰਦਰ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਹੈ ਫਗਵਾੜਾ ਰਾਖਮਾ ਹਲਕੇ ਤੋਂ ਵਿਜੇ ਸਾਂਪਲਾ ਸ਼ਾਹਕੋਟ ਤੋਂ ਨਰਿੰਦਰਪਾਲ ਸਿੰਘ ਚੰਦੀ ਕਰਤਾਰਪੁਰ ਰਾਖਮਾ ਹਲਕੇ ਤੋਂ ਸੁਰਿੰਦਰ ਮਹੇ ਜਲੰਧਰ ਕੈਂਟ ਤੋਂ ਸਰਬਜੀਤ ਸਿੰਘ ਮੱਕੜ ਅਨੰਦਪੁਰ ਸਾਹਿਬ ਤੋਂ ਡਾਕਟਰ ਪਰਮਿੰਦਰ ਸ਼ਰਮਾ ਰੂਪਨਗਰ ਤੋਂ ਇਕਬਾਲ ਸਿੰਘ ਲਾਲਪੁਰਾ ਚਮਕੌਰ ਸਾਹਿਬ ਰਾਖਮਾ ਹਲਕੇ ਤੋਂ ਦਰਸ਼ਨ ਸਿੰਘ ਸ਼ਿਵਜੋਤ ਤੇ ਐਸਐਸ ਨਗਰ ਹਲਕੇ ਤੋਂ ਸੰਜੀਵ ਵਿਸ਼ਿਸ਼ਟ ਨੂੰ ਪਾਰਟੀ ਨੇ ਆਪਣਾ ਉਮੀਦਵਾਰ ਬਣਾਇਆ ਹੈ ਇਸੇ ਤਰ੍ਹਾਂ ਸਮਰਾਲਾ ਤੋਂ ਰਣਜੀਤ ਸਿੰਘ ਗਹਿਲੇਵਾਲ ਲੁਧਿਆਣਾ ਉੱਤਰ ਤੋਂ ਪ੍ਰਵੀਨ ਬਾਂਸਲ ਮੋਗਾ ਤੋਂ ਹਰਜੋਤ ਕਮਲ ਗੁਰੂ ਹਰ ਸਹਾਏ ਤੋਂ ਗੁਰਪਰਵੇਕ ਸਿੰਘ ਸੰਧੂ ਬਲਵਾਣਾ ਰਾਕਮਾ ਹਲਕੇ ਤੋਂ ਵੰਦਨਾ ਸਾਗਵਾਨ ਲੰਬੀ ਹਲਕੇ ਤੋਂ ਰਾਕੇਸ਼ ਢੀਂਗਰਾ ਮੋੜ ਤੋਂ ਦਿਆਲ ਸਿੰਘ ਸੋਢੀ ਬਰਨਾਲਾ ਤੋਂ ਤੀਰਜ ਕੁਮਾਰ ਤੂੜੀ ਤੋਂ ਰਣਦੀਪ ਸਿੰਘ ਦਿਓਲ ਨਾਬਾ ਰਾਕਮਾ ਹਲਕੇ ਤੋਂ ਗੁਰਪ੍ਰੀਤ ਸਿੰਘ ਸ਼ਾਹਪੁਰ ਰਾਜਪੁਰਾ ਹਲਕੇ ਤੋਂ ਜਗਦੀਸ਼ ਕੁਮਾਰ ਜੱਗਾ ਤੇ ਕਨੌਰ ਅਸੈਂਬਲੀ ਹਲਕੇ ਤੋਂ ਵਿਕਾਸ ਸ਼ਰਮਾ ਪਾਰਟੀ ਦੇ ਉਮੀਦਵਾਰ ਹੋਣਗੇ ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਗਾਠਜੋੜ ਮੁਤਾਬਕ ਭਾਜਪਾ ਕੁੱਲ 60 ਸੀਟਾਂ ਤੇ ਚੋਣ ਲੜੇਗੀ ਪਾਰਟੀ ਵੱਲੋਂ ਹੁਣ ਤੱਕ 62 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਤੇ 3 ਸੀਟਾਂ ਹਲੇ ਬਾਕੀ ਨੇ ਦੇਸ਼ਵਿਆਪੀ ਕੋਵਿਡ ਰੋਕੂ ਟਿਕਾਕਰਨ ਮੁਹਿੰਮ ਤਹਿਤ ਹੁਣ ਤੱਕ 164 ਕਰੋੜ 43 ਲੱਖ 95 ਹਜ਼ਾਰ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਨੇ ਲਗਾਏ ਗਏ ਟੀਕਿਆਂ ਵਿੱਚੋਂ 93 ਕਰੋੜ 69 ਲੱਖ ਤੋਂ ਵੱਧ ਨੇ ਪਹਿਲੀ ਖੁਰਾਕ ਤੇ 69 ਕਰੋੜ 75 ਲੱਖ 78 ਹਜ਼ਾਰ ਤੋਂ ਵੱਧ ਨੂੰ ਦੋਮੇ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਨੇ ਇਸੇ ਦੌਰਾਨ 98 ਲੱਖ 94 ਹਜ਼ਾਰ ਤੋਂ ਵੱਧ ਨੂੰ ਐhtਿਆਤੀ ਖੁਰਾਕ ਦਿੱਤੀ ਗਈ ਹੈ ਸੀਹਤੇ ਪਰਿਵਾਰ ਪਲਾਇ ਮંત્રી ਡਾਕਟਰ ਮਨਸੂਖ ਮਾਂਡਵਿਆ ਨੇ ਰਾਸ਼ਟਰ ਨੂੰ ਟੀਕਾਕਰਨ ਵਿੱਚ ਨਵਾਂ ਮੀਲ ਪੱਥਰ ਪ੍ਰਾਪਤ ਕਰਨ ਲਈ ਵਧਾਈ ਦਿੱਤੀ ਹੈ। ਉਹਨਾਂ ਕਿਹਾ ਕਿ ਦੇਸ਼ ਵਿੱਚ ਯੋਗ ਸੰਖਿਆ ਦੇ 95% ਤੋਂ ਵੱਧ ਵਿਅਕਤੀਆਂ ਨੂੰ ਕੋਵਿਡ-19 ਲਈ ਪਹਿਲੀ ਖੁਰਾਕ ਦੇ ਕੇ ਇੱਕ ਰਿਕਾਰਡ ਕਾਇਮ ਕੀਤਾ ਗਿਆ ਹੈ। ਕਰੋਨਾ ਖਿਲਾਫ ਤੇਜ਼ੀ ਨਾਲ ਚੱਲ ਰਹੀ ਲੜਾਈ ਵਿੱਚ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਵਧਿਕ ਖਤਰ ਤੇ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਵਿਕਾਸਸ਼ੀਲ ਨੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇੱਕ ਪੱਤਰ ਲਿਖਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਜਨਵਰੀ 2023 ਤੱਕ 15 ਸਾਲ ਦੀ ਉਮਰ ਵਾਲੇ ਵਿਅਕਤੀ ਵੀ ਕੋਵਿਡ ਰੋਕੂ ਟੀਕੇ ਲਾਣ ਦੇ ਯੋਗ ਨੇ ਉਹਨਾਂ ਕਹਿਆ ਕਿ ਸਾਲ 2005-06 ਤੇ 2007 ਵਿੱਚ ਜੰਮੇ ਲੋਕ 15 ਤੋਂ 18 ਸਾਲ ਦੀ ਸ਼੍ਰੇਣੀ ਵਿੱਚ ਕੋਵਿਡ ਰੋਕੂ ਟੀਕਾ ਲਗਵਾਉਣ ਲਈ ਯੋਗ ਹੋਣਗੇ ਪੰਜਾਬ ਵਿੱਚ ਹੁਣ ਤੱਕ 3 ਕਰੋੜ 21 ਲੱਖ 60 ਹਜ਼ਾਰ ਤੋਂ ਵੱਧ ਨੂੰ ਕੋਵਿਡ ਰੋਕੂਟੀਕੇ ਲਗਾਏ ਜਾ ਚੁੱਕੇ ਨੇ ਸੂਬੇ ਵਿੱਚ ਪਹਿਲੀ ਖੁਰਾਕ ਲੈਣ ਵਾਲਿਆਂ ਦੀ ਗਿਣਤੀ 1 ਕਰੋੜ 93 ਲੱਖ 29 ਹਜ਼ਾਰ ਤੋਂ ਵੱਧ ਹੋ ਗਈ ਹੈ ਜਦ ਕਿ ਦੋਮੇ ਖੁਰਾਕ ਲੈਣ ਵਾਲਿਆਂ ਦੀ ਗਿਣਤੀ 1 ਕਰੋੜ 27 ਲੱਖ 5 ਹਜ਼ਾਰ ਤੋਂ ਵੱਧ ਦੇ ਜਦ ਕਿ 1 ਲੱਖ 33 ਹਜ਼ਾਰ ਯੋਗ ਲਾਪਾਤਰੀਆਂ ਨੂੰ ਇhtiyati ਖੁਰਾਕ ਵੀ ਦਿੱਤੀ ਜਾ ਚੁੱਕੀ ਹੈ ਕੇਂਦਰੀ ਸਿਹਤ ਮੰਤਰੀ ਮਨਸੂਖ ਮਾਡਵਿਆ ਨੇ ਦੱਸਿਆ ਕਿ ਕੋਵੈਕਸਿਨ ਤੇ ਕੋਵੀਸ਼ੀਲ ਟੀਕਿਆਂ ਨੂੰ ਆਮ ਦਵਾਈ ਵਜੋਂ ਮਨਜ਼ੂਰੀ ਮਿਲ ਗਈ ਹੈ ਇੱਕ ਟਵੀਟ ਵਿੱਚ ਉਹਨਾਂ ਨੇ ਕਿਹਾ ਕਿ ਕੇਂਦਰੀ ਡਰੱਗ ਮਿਆਰ ਕੰਟਰੋਲ ਸੰਗਠਨ ਨੇ ਇਹਨਾਂ ਦੋਵੇਂ ਟੀਕਿਆਂ ਦੀ ਐਮਰਜੈਂਸੀ ਸਥਿਤੀ ਵਿੱਚ ਸੀਮਤ ਵਰਤੋਂ ਨੂੰ ਅਪਗ੍ਰੇਡ ਕਰਦਿਆਂ ਬਾਲਗ ਆਬਾਦੀ ਵਿੱਚ ਆਮ ਦਵਾਈ ਵਜੋਂ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਉਹਨਾਂ ਦੱਸਿਆ ਕਿ ਇਸ ਦੇ ਨਾਲ ਕੁਝ ਸ਼ਰਤਾਂ ਵੀ ਲਾਗੂ ਰਹਿਣਗੀਆਂ ਜਿਸ ਮੁਤਾਬਕ ਕੋਵਿਨ ਪਲੇਟਫਾਰਮ ਤੇ ਰਜਿਸਟ੍ਰੇਸ਼ਨ ਅਤੇ ਛਿਮਾਹੀ ਆਧਾਰ ਤੇ ਸੇਫਟੀ ਡਾਟਾ ਜਮ੍ਹਾਂ ਕਰਵਾਉਣਾ ਲਾਜ਼ਮੀ ਹੋਵੇਗਾ ਜਲੰਧ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟੀਕਾਕਰਨ ਮੁਹਿੰਮ ਵਿੱਚ ਤੇਜ਼ੀ ਲਿਆਉਣ ਲਈ 29 ਤੇ 30 ਜਨਵਰੀ ਨੂੰ 300 ਤੋਂ ਵੱਧ ਥਾਵਾਂ 'ਤੇ ਮੈਗਾ ਵੈਕਸੀਨੇਸ਼ਨ ਕੈਂਪ ਲਗਾਏ ਜਾਣਗੇ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਨਸ਼ਾਮ ਥੋਰੀ ਨੇ ਲੋਕਾਂ ਨੂੰ ਕਰੋਨਾ ਤੋਂ ਬਚਣ ਲਈ ਕੋਵਿਡ ਰੋਕੂ ਟੀਕਾ ਲਗਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਪਹਿਲਾਂ ਹੀ 257 ਸਥਾਈ ਸੈਸ਼ਨ ਸਾਈਟਾਂ ਤੇ ਲੋਕਾਂ ਨੂੰ ਟੀਕੇ ਲਗਾਏ ਜਾ ਰਹੇ ਨੇ ਇਸ ਸਬੰਧੀ ਸਿਹਤ ਵਿਭਾਗ ਦੀਆਂ ਟੀਮਾਂ ਤੇ ਹੋਰ ਨੋਡਲ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਨੇ ਕਨਸ਼ਾਮ ਥੋਰੀ ਨੇ ਟੀਕਾ ਕਰਨ ਲਈ ਉਨ੍ਹਾਂ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਜਿਨ੍ਹਾਂ ਨੂੰ ਦੂਜਾ ਟੀਕਾ ਲੱਗਣਾ ਅਜੇ ਬਾਕੀ ਹੈ ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਟੀਕਾਕਰਨ ਮਹਿੰਮ ਨੂੰ ਕਾਮਯਾਬ ਕੀਤਾ ਜਾ ਸਕਦਾ ਹੈ ਦੇਸ਼ ਦੀ ਚੰਡਾਬਰਦਾਰ 에ਅਰਲਾਈਨ 에ਅਰ ਇੰਡੀਆ ਅਧਿਕਾਰਤ ਤੌਰ ਤੇ ਟਾਟਾ ਸਮੂਹ ਨੂੰ ਸੌਂਪ ਦਿੱਤੀ ਗਈ ਹੈ ਇਸ ਨਾਲ 에ਅਰ ਇੰਡੀਆ ਤੇ ਸਰਕਾਰ ਦਾ ਕੰਟਰੋਲ ਖਤਮ ਹੋ ਗਿਆ ਏ ਇਸ ਤੋਂ ਪਹਿਲਾਂ ਕੱਲ੍ਹ ਸਵੇਰੇ ਟਾਟਾ ਸੰਸ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ ਟਾਟਾ ਗਰੁੱਪ ਨੂੰ 에ਅਰ ਇੰਡੀਆ ਸੌਂਪਣ ਦੀ ਅੰਤਿਮ ਕਾਰਵਾਈ ਤੋਂ ਬਾਅਦ ਨਿਵੇਸ਼ ਦੇ ਜਨਤਕ ਅਸਾਸੇ ਪ੍ਰਬੰਧਨ ਵਿਭਾਗ ਦੇ ਸਕੱਤਰ ਟੀਕੇ ਪਾਂਡੇ ਨੇ ਕਿਹਾ ਕਿ 에ਅਰ ਇੰਡੀਆ ਦੇ ਰਣਨੀਤਿਕ ਵਿਨਿਵੇਸ਼ ਦੀ ਪ੍ਰਕਿਰਿਆ ਸਾਫੀਸਰ ਦੇ ਸ਼ੇਅਰਾਂ ਦੇ ਟਾਟਾ ਗਰੁੱਪ ਨੂੰ ਸੌਂਪਣ ਨਾਲ ਮੁਕੰਮਲ ਹੋ ਗਈ ਹੈ ਜਿਸ ਤੋਂ ਬਾਅਦ 에어 ਇੰਡੀਆ ਦੇ ਪ੍ਰਬੰਧ ਤੇ ਕੰਟਰੋਲ ਤੇ ਜ਼ਿੰਮੇਵਾਰੀ ਟਾਟਾ ਗਰੁੱਪ ਕੋਲ ਹੋਏਗੀ ਟਾਟਾ ਸੰਸ ਪ੍ਰਾਈਵੇਟ ਲਿਮਿਟਿਡ ਦੇ ਚੇਅਰਮੈਨ ਐਨ ਚੰਦਰਸ਼ੇਖਰ ਨੇ ਖੁਸ਼ੀ ਜ਼ਾਹਿਰ ਕਰਦਿਆਂ 에어 ਇੰਡੀਆ ਦੇ ਸਾਰੇ ਕਰਮਚਾਰੀਆਂ ਦਾ ਟਾਟਾਸ ਮੂਹ ਵਿੱਚ ਸ਼ਾਮਲ ਹੋਣ ਤੇ ਸਵਾਗਤ ਕੀਤਾ ਟਾਟਾ ਗਰੁੱਪ ਨੇ 에어 ਇੰਡੀਆ ਨੂੰ 18000 ਕਰੋੜ ਰੁਪਏ ਵਿੱਚ ਖਰੀਦਿਆ ਪੰਜਾਬ ਪਰ ਵਿੱਚ ਧੁੱਪ ਨਿਕਲਣ ਕਾਰਨ ਮੌਸਮ ਸਾਫ਼ ਹੁੰਦਾ ਜਾ ਰਿਹਾ ਹੈ ਜਿੱਥੇ ਕੱਲ ਦੀ ਧੁੱਪ ਨੇ ਲੋਕਾਂ ਨੂੰ ਠੰਡ ਤੋਂ ਰਾਹਤ ਦਿੱਤੀ ਉੱਥੇ ਅੱਜ ਸਵੇਰ ਤੋਂ ਧੁੱਪ ਨਿਕਲਣ ਨਾਲ ਠੰਡ ਤੋਂ ਹੋਰ ਰਾਹਤ ਮਿਲਣ ਦੀ ਆਸ ਹੈ। ਮੌਸਮ ਵਿਭਾਗ ਨੇ ਆਉਂਦੇ ਦਿਨਾਂ ਵਿੱਚ ਕਈ ਥਾਵਾਂ ਤੇ ਬੱਦਲਵਾਈ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਜਦਕਿ ਮੀਂਹ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਰਾਜਸਵਰੇ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 17.0 ਤੇ ਘੱਟ ਤੋਂ ਘੱਟ 7.0 ਡਿਗਰੀ ਸੈਲਸੀਅਸ ਰਿਹਾ। ਬਠਿੰਡਾ ਵਿੱਚ ਵੱਧ ਤੋਂ ਵੱਧ 18.4 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 2.4 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕਾਰੇ ਨਿਊ ਡੀਡੀਕੇ ਜਲੰਧਰ ਦੇ YouTube ਚੈਨਲ Facebook ਪੇਜ ਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ ਤੇ ਇਸ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਏ ਮੈਂ ਮਾਸਕ ਲਗਾ ਕੇ ਸਟੂਡੀਓ ਤੋਂ ਬਾਹਰ ਜਾ ਰਹੀ ਆ ਬਾਹਰ ਜਾਣ ਵੇਲੇ ਤੁਸੀਂ ਵੀ ਮਾਸਕ ਲਗਾਓ ਆ ਗਿਆ ਦਿਓ ਨਮਸਕਾਰ